ਨਮਸਕਾਰ, ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ। ਮੈਂ ਹਾਂ ਪਰਮਿੰਦਰ ਕੌਰ। ਪਹਿਲਾਂ ਪੇਸ਼ ਨੇ ਚੋਣ ਦੀਆਂ ਖਬਰਾਂ। ਸੰਸਦ ਦਾ ਬਜਟ ਇਜਲਾਸ ਅੱਜ ਤੋਂ, ਭਲਕੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕੇਂਦਰੀ ਬਜਟ 2024-25 ਕਰਨਗੇ ਪੇਸ਼। ਇਜਲਾਸ ਵਿੱਚ ਸਰਕਾਰ ਪੇਸ਼ ਕਰੇਗੀ 6 ਨਵੇਂ ਬਿੱਲ। ਸੁਪਰੀਮ ਕੋਰਟ ਅੱਜ ਨੀਟ ਪ੍ਰੀਖਿਆ 'ਚ ਬੇਨੀਮੀਆਂ ਅਤੇ ਇਸਨੂੰ ਰੱਦ ਕਰਨ ਦੀ ਮੰਗ ਵਾਲੀਆਂ ਪਟੀਸ਼ਨਾਂ 'ਤੇ ਕਰੇਗਾ ਸੁਣਵਾਈ। ਬੰਗਲਾਦੇਸ਼ ਵਿੱਚ ਹਿੰਸਕ ਪ੍ਰਦਰਸ਼ਨਾਂ ਦੌਰਾਨ ਹੁਣ ਤੱਕ 4,500 ਤੋਂ ਵੱਧ ਭਾਰਤੀ ਵਿਦਿਆਰਥੀ ਪਰਤੇ ਦੇਸ਼। 26 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਪੈਰਿਸ ਓਲੰਪਿਕ ਵਿੱਚ 24 ਹਥਿਆਰਬੰਦ ਬਲਾਂ ਦੇ ਕਰਮਚਾਰੀਆਂ ਸਮੇਤ 117 ਭਾਰਤੀ ਅਥਲੀਟ ਹੋਣਗੇ ਸ਼ਾਮਿਲ। ਮਹਿਲਾ T20 ਏਸ਼ੀਆ ਕ੍ਰਿਕਟ ਕੱਪ 'ਚ ਭਾਰਤ ਨੇ UAE ਨੂੰ 78 ਦੌੜਾਂ ਨਾਲ ਹਰਾਇਆ। ਹੁਣ ਖਬਰਾਂ ਵਿਸਥਾਰ ਨਾਲ। ਸੰਸਦ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ। 12 ਅਗਸਤ ਨੂੰ ਖਤਮ ਹੋਣ ਵਾਲੇ ਇਜਲਾਸ ਦੀਆਂ 16 ਬੈਠਕਾਂ ਹੋਣਗੀਆਂ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਇਹ ਇਜਲਾਸ ਮੁੱਖ ਤੌਰ 'ਤੇ 2024-25 ਲਈ ਕੇਂਦਰੀ ਬਜਟ ਨਾਲ ਸੰਬੰਧਿਤ ਵਿੱਤੀ ਕਾਰੋਬਾਰ ਨੂੰ ਸਮਰਪਿਤ ਹੋਵੇਗਾ। ਇਜਲਾਸ ਦੇ ਪਹਿਲੇ ਦਿਨ ਆਰਥਿਕ ਸਰਵੇਖਣ 2023-24 ਸੰਸਦ ਵਿੱਚ ਪੇਸ਼ ਕੀਤਾ ਜਾਵੇਗਾ। ਇਹ ਸਰਵੇਖਣ ਅਰਥਚਾਰੇ ਦੇ ਵੱਖ ਵੱਖ ਖੇਤਰਾਂ ਬਾਰੇ ਅੰਕੜਾ, ਜਾਣਕਾਰੀ ਅਤੇ ਵਿਸ਼ਲੇਸ਼ਣ ਪ੍ਰਦਾਨ ਕਰਦਾ ਹੈ। ਮੰਗਲਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਲੋਕ ਸਭਾ 'ਚ ਕੇਂਦਰੀ ਬਜਟ 2024-25 ਪੇਸ਼ ਕਰਨਗੇ। ਇਹ ਨਰਿੰਦਰ ਮੋਦੀ ਸਰਕਾਰ ਦਾ ਆਪਣੇ ਤੀਜੇ ਕਾਰਜਕਾਲ ਦਾ ਪਹਿਲਾ ਬਜਟ ਹੋਵੇਗਾ। ਅੱਜ ਤੋਂ ਸ਼ੁਰੂ ਹੋਣ ਵਾਲੇ ਸੰਸਦ ਇਜਲਾਸ ਵਿੱਚ ਸਰਕਾਰ 6 ਨਵੇਂ ਬਿੱਲ ਪੇਸ਼ ਕਰੇਗੀ। ਇਹਨਾਂ ਬਿੱਲਾਂ 'ਚ ਕੁਦਰਤੀ ਆਫਤਾਂ ਦੇ ਪ੍ਰਬੰਧਨ ਬਾਰੇ ਕਾਨੂੰਨ ਵਿੱਚ ਸੋਧ ਬਾਰੇ ਬਿੱਲ ਤੋਂ ਇਲਾਵਾ ਆਜ਼ਾਦੀ ਤੋਂ ਪਹਿਲਾਂ ਦੇ ਏਅਰਕ੍ਰਾਫਟ ਬਾਰੇ ਕਾਨੂੰਨ ਅਤੇ ਬੋਇਲਰ ਬਾਰੇ ਕਾਨੂੰਨ ਦੀ ਥਾਂ ਲੈਣ ਵਾਲੇ ਬਿੱਲ, ਭਾਰਤੀ ਵਾਯੂਯਾਨ ਵਿਧੇਇਕ 2024 ਅਤੇ ਬੋਇਲਰ ਬਿੱਲ 2024 ਵੀ ਸ਼ਾਮਿਲ ਨੇ। ਸੈਸ਼ਨ ਤੋਂ ਪਹਿਲਾਂ ਸਰਕਾਰ ਵੱਲੋਂ ਦੋਨਾਂ ਸਦਨਾਂ ਦੀ ਕਾਰਵਾਈ ਦਾ ਸੁਚਾਰੂ ਢੰਗ ਨਾਲ ਸੰਚਾਲਨ ਕਰਨ ਲਈ ਸਰਵ ਪਾਰਟੀ ਮੀਟਿੰਗ ਬੁਲਾਈ ਗਈ ਸੀ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਹੈ ਕਿ ਸਰਕਾਰ ਕਿਸੇ ਵੀ ਮੁੱਦੇ 'ਤੇ ਖੁੱਲ੍ਹੇ ਮਨ ਨਾਲ ਬਹਿਸ ਕਰਨ ਲਈ ਤਿਆਰ ਰਹੇ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸੰਸਦ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਸਰਕਾਰ ਅਤੇ ਵਿਰੋਧੀ ਧਿਰ ਦੋਵਾਂ ਦੀ ਜ਼ਿੰਮੇਵਾਰੀ ਹੈ। ਰਿਜੀਜੂ ਨੇ ਕੀਮਤੀ ਸੁਝਾਅ ਦੇਣ ਵਾਲੇ ਪਾਰਟੀ ਨੇਤਾਵਾਂ ਦਾ ਧੰਨਵਾਦ ਕੀਤਾ। ਉਹਨਾਂ ਬਜਟ ਇਜਲਾਸ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਾਰਿਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਪਾਰਲੀਮੈਂਟ ਕੋ ਸੁਚਾਰੂ ਰੂਪ ਸੇ ਚਲਾਨਾ ये सरकार में जो है उनका भी जिम्मेदारी है और विपक्ष में जो सदस्य है उनका भी जिम्मेदारी है। हम मिल करके अच्छी तरह से बजट सेशन को चलाएंगे, ऐसा हमारा अपील है। और सबका मेंबर्स का बहुत सारा विषय इन्होंने सजेशन किया है, हम उसका सेंस को समझते हुए राज्यसभा में आदरणीय चेयरमैन और लोकसभा में आदरणीय स्पीकर दोनों से चर्चा करके बिजनेस एडवाइजरी कमेटी के बैठक में हम इसको आगे कैसे ले जाना है आगे चर्चा करेंगे। ਮੀਟਿੰਗ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਜੋ ਲੋਕ ਸਭਾ ਸਦਨ ਦੇ ਉਪ ਨੇਤਾ ਨੇ, ਮੀਟਿੰਗ 'ਚ ਉਜਾਗਰ ਕੀਤੇ ਗਏ ਮਹੱਤਵਪੂਰਨ ਮੁੱਦਿਆਂ ਨੂੰ ਉਠਾਉਣ ਅਤੇ ਧਿਆਨ ਖਿੱਚਣ ਲਈ ਸਾਰੇ ਨੇਤਾਵਾਂ ਦਾ ਧੰਨਵਾਦ ਕੀਤਾ। ਉਹਨਾਂ ਨੇ ਸੰਸਦ ਦੀ ਕਾਰਵਾਈ ਦੌਰਾਨ ਹੀ ਇਸ ਦੀ ਪਵਿੱਤਰਤਾ ਨੂੰ ਬਣਾਏ ਰੱਖਣ ਦੀ ਲੋੜ 'ਤੇ ਜ਼ੋਰ ਦਿੱਤਾ। ਕਾਂਗਰਸ ਨੇ ਮੰਗ ਕੀਤੀ ਕਿ ਸੈਸ਼ਨ ਵਿੱਚ ਕਥਿਤ ਨੀਟ ਪੇਪਰ ਲੀਕ, ਰੇਲ ਸੁਰੱਖਿਆ, ਅਗਨੀਵੀਰ ਯੋਜਨਾ, ਕੇਂਦਰ ਸੂਬਾ ਸੰਬੰਧ, ਸੁਰੱਖਿਆ ਅਤੇ ਜੰਮੂ ਕਸ਼ਮੀਰ ਸਮੇਤ ਵੱਖ ਵੱਖ ਮੁੱਦਿਆਂ 'ਤੇ ਇੱਕ ਚਰਚਾ ਕੀਤੀ ਜਾਣੀ ਚਾਹੀਦੀ ਹੈ। ਕੇਂਦਰੀ ਮੰਤਰੀ ਰਾਜਨਾਥ ਸਿੰਘ, ਅਰਜੁਨ ਰਾਮ ਮੇਘਵਾਲ, ਕਾਂਗਰਸ ਦੇ ਜੈ ਰਾਮ ਰਮੇਸ਼, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਫੁੱਲ ਪਟੇਲ, ਆਮ ਆਦਮੀ ਪਾਰਟੀ ਦੇ ਸਾਂਸਦ ਸੰਜੇ ਸਿੰਘ, DMK ਦੇ TR ਬਾਲੂ ਅਤੇ AIMIM ਸਾਂਸਦ ਅਸਦੁੱਦੀਨ ਓਵੈਸੀ ਸਮੇਤ ਵੱਖ ਵੱਖ ਨੇਤਾ ਬੈਠਕ 'ਚ ਸ਼ਾਮਲ ਹੋਏ।
ਸਿੱਖਿਆ ਮੰਤਰਾਲਾ ਦਾ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਅੱਜ ਤੋਂ ਸਿੱਖਿਆ ਸਪਤਾਹ ਮਨਾਏਗਾ ਜੋ 28 ਜੁਲਾਈ ਤੱਕ ਚੱਲੇਗਾ। ਸਿੱਖਿਆ ਸਪਤਾਹ ਦਾ ਉਦੇਸ਼ ਵਿਦਿਆਰਥੀਆਂ, ਸਿੱਖਿਆ ਸ਼ਾਸਤਰੀਆਂ ਅਤੇ ਹਿੱਸੇਦਾਰਾਂ ਵਿਚਾਲੇ ਰਾਸ਼ਟਰੀ ਸਿੱਖਿਆ ਨੀਤੀ 2020 ਵੱਲੋਂ ਪੇਸ਼ ਕੀਤੇ ਗਏ ਪ੍ਰਭਾਵਸ਼ਾਲੀ ਵਿੱਦਿਅਕ ਸੁਧਾਰਾਂ ਨੂੰ ਉਤਸ਼ਾਹਿਤ ਕਰਨਾ ਹੈ। ਹਫ਼ਤੇ ਦੌਰਾਨ ਥੀਮ ਆਧਾਰਿਤ ਦਿਨ ਮਨਾਏ ਜਾਣਗੇ। ਇਸ ਵਿੱਚ ਪੜ੍ਹਾਉਣ ਸਿੱਖਣ ਦਿਵਸ, ਸਾਖਰਤਾ ਅਤੇ ਨੰਬਰ ਦਿਨ, ਖੇਡਾਂ ਦਿਨ ਅਤੇ ਸੱਭਿਆਚਾਰ ਦਿਨ ਸ਼ਾਮਿਲ ਹੈ। ਕਰਮਚਾਰੀ ਭਵਿੱਖ ਨਿਧੀ ਸੰਗਠਨ ਦੇ ਮੈਂਬਰਾਂ ਦੀ ਗਿਣਤੀ 'ਚ ਇਸ ਸਾਲ ਮਈ ਮਹੀਨੇ ਦੌਰਾਨ 19,50,000 ਦਾ ਵਾਧਾ ਹੋਇਆ। 2018 'ਚ ਪਹਿਲੇ ਪੇਰੋਲ ਡਾਟਾ ਦੇ ਜਾਰੀ ਹੋਣ ਤੋਂ ਬਾਅਦ ਇੱਕ ਮਹੀਨੇ ਵਿੱਚ ਸਭ ਤੋਂ ਵੱਧ ਵਾਧਾ ਹੈ। ਕਿਰਤ ਤੇ ਰੁਜ਼ਗਾਰ ਮੰਤਰਾਲਾ ਨੇ ਬਿਆਨ ਵਿੱਚ ਕਿਹਾ ਕਿ ਇਸ ਸਾਲ ਮਈ 'ਚ ਲਗਭਗ 9,85,000 ਮੈਂਬਰ ਸੰਗਠਨ ਵਿੱਚ ਸ਼ਾਮਿਲ ਹੋਏ ਨੇ ਅਤੇ ਇਸ ਸਾਲ ਅਪ੍ਰੈਲ ਤੋਂ ਨਵੇਂ ਮੈਂਬਰਾਂ ਦੀ ਗਿਣਤੀ 'ਚ 10.96% ਦਾ ਵਾਧਾ ਹੋਇਆ। ਵਾਧਾ ਰੁਜ਼ਗਾਰ ਦੇ ਵਧੇ ਹੋਏ ਮੌਕਿਆਂ, ਕਰਮਚਾਰੀਆਂ ਦੇ ਲਾਭਾਂ ਪ੍ਰਤੀ ਜਾਗਰੂਕਤਾ ਅਤੇ ਸੰਗਠਨ ਦੇ ਆਊਟਰੀਚ ਪ੍ਰੋਗਰਾਮਾਂ ਦੇ ਕਾਰਨ ਮੰਨਿਆ ਜਾਂਦਾ ਹੈ। ਸਮੇਂ ਦੌਰਾਨ ਲਗਭਗ 14,00,000 ਮੈਂਬਰਾਂ ਨੇ ਸੰਗਠਨ ਦੀ ਦੁਬਾਰਾ ਮੈਂਬਰਸ਼ਿਪ ਲਈ ਹੈ। ਸੁਪਰੀਮ ਕੋਰਟ ਅੱਜ ਨੀਟ UG ਪ੍ਰੀਖਿਆ 'ਚ ਬੇਨੀਮੀਆਂ ਅਤੇ ਇਸ ਨੂੰ ਰੱਦ ਕਰਨ ਦੀ ਮੰਗ ਨਾਲ ਸੰਬੰਧਿਤ ਵੱਖ ਵੱਖ ਪਟੀਸ਼ਨਾਂ 'ਤੇ ਸੁਣਵਾਈ ਕਰੇਗਾ। ਚੀਫ਼ ਜਸਟਿਸ DY ਚੰਦਰਚੂੜ ਦੀ ਅਗਵਾਈ ਵਾਲੀ ਡਿਵੀਜ਼ਨ ਬੈਂਚ ਮਾਮਲੇ ਦੀ ਸੁਣਵਾਈ ਕਰੇਗੀ। ਡਿਵੀਜ਼ਨ ਬੈਂਚ ਵਿੱਚ ਜਸਟਿਸ JB ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਸ਼ਾਮਿਲ ਨੇ। ਡਿਵੀਜ਼ਨ ਬੈਂਚ ਨੇ ਨੀਟ ਪੇਪਰ ਲੀਕ ਮਾਮਲੇ ਦੀ ਜਾਂਚ ਕਰੀ ਬਿਹਾਰ ਪੁਲਿਸ ਦੀ ਆਰਥਿਕ ਅਪਰਾਧ ਇਕਾਈ ਤੋਂ ਰਿਪੋਰਟ ਦੀ ਕਾਪੀ ਮੰਗੀ ਹੈ। ਨੀਟ UG 2024 ਪ੍ਰੀਖਿਆ 'ਚ 2,321 ਵਿਦਿਆਰਥੀਆਂ ਨੇ 700 ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕੀਤੇ ਨੇ। ਪ੍ਰੀਖਿਆ 'ਚ 1 ਤੋਂ 100 ਦੇ ਵਿਚਾਲੇ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਉਮੀਦਵਾਰ 56 ਸ਼ਹਿਰਾਂ ਅਤੇ 95 ਕੇਂਦਰਾਂ ਤੋਂ ਨੇ। ਇਸੇ ਦੌਰਾਨ ਸੁਪਰੀਮ ਕੋਰਟ ਆ ਚੋਣ ਬੌਂਡ ਯੋਜਨਾ ਦੀ ਅਦਾਲਤ ਦੀ ਨਿਗਰਾਨੀ ਤਹਿਤ ਜਾਂਚ ਕੀਤੇ ਜਾਣ ਦੀ ਅਪੀਲ ਕਰਨ ਵਾਲੀ ਲੋਕ ਹਿੱਤ ਪਟੀਸ਼ਨ ਦੀ ਸੁਣਵਾਈ ਕਰੇਗਾ। ਇਸ ਦੀ ਸੁਣਵਾਈ ਚੀਫ਼ ਜਸਟਿਸ DY ਚੰਦਰਚੂੜ, ਜਸਟਿਸ JB ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਵੱਲੋਂ ਕੀਤੀ ਜਾਵੇਗੀ। ਇਸ ਸਬੰਧੀ ਜਾਰੀ ਪਟੀਸ਼ਨ ਵਿੱਚ ਵਕੀਲ ਪ੍ਰਸ਼ਾਂਤ ਭੂਸ਼ਣ ਦੀਆਂ ਦਲੀਲਾਂ 'ਤੇ ਧਿਆਨ ਦਿੰਦਿਆਂ ਅਦਾਲਤ ਨੇ ਕਿਹਾ ਸੀ ਕਿ 2 ਗੈਰ ਸਰਕਾਰੀ ਸੰਗਠਨਾਂ ਕਾਮਨ ਕੌਜ਼ ਸੈਂਟਰ ਫਾਰ ਪਬਲਿਕ ਇੰਟਰਸਟ ਲਿਟੀਗੇਸ਼ਨ ਦੀ ਜਨਹਿਤ ਪਟੀਸ਼ਨ ਅੱਜ ਸੁਣਵਾਈ ਲਈ ਸੂਚੀਬੱਧ ਹੈ। ਬੰਗਲਾਦੇਸ਼ ਵਿੱਚ ਹਿੰਸਕ ਪ੍ਰਦਰਸ਼ਨਾਂ ਦੌਰਾਨ ਹੁਣ ਤੱਕ 4,500 ਤੋਂ ਵੱਧ ਭਾਰਤੀ ਵਿਦਿਆਰਥੀ ਦੇਸ਼ ਵਾਪਸ ਆਏ ਨੇ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਢਾਕਾ ਸਥਿਤ ਭਾਰਤੀ ਹਾਈ ਕਮਿਸ਼ਨ ਭਾਰਤੀ ਨਾਗਰਿਕਾਂ ਦੀ ਸਰਹੱਦ ਪਾਰ ਕਰਨ ਵਾਲੀਆਂ ਥਾਵਾਂ 'ਤੇ ਸੁਰੱਖਿਆ ਯਾਤਰਾ ਲਈ ਸੁਰੱਖਿਆ ਸਕੌਟਸ ਦਾ ਪ੍ਰਬੰਧ ਕਰ ਰਿਹਾ ਹੈ। ਮੰਤਰਾਲਾ ਨੇ ਕਿਹਾ ਕਿ ਨੇਪਾਲ ਤੋਂ 500, ਭੂਟਾਨ ਤੋਂ 38 ਅਤੇ ਮਾਲਦੀਵ ਤੋਂ 1 ਵਿਦਿਆਰਥੀ ਭਾਰਤ ਵਾਪਸ ਆਇਆ। ਮੰਤਰਾਲਾ ਨੇ ਆਖਿਆ ਕਿ ਹਾਈ ਕਮਿਸ਼ਨ ਅਤੇ ਸਹਾਇਕ ਹਾਈ ਕਮਿਸ਼ਨ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਲਈ ਸਥਾਨਕ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ। ਉਹ ਬੰਗਲਾਦੇਸ਼ ਦੀਆਂ ਵੱਖ ਵੱਖ ਯੂਨੀਵਰਸਿਟੀਆਂ 'ਚ ਬਾਕੀ ਰਹਿੰਦੇ ਵਿਦਿਆਰਥੀਆਂ ਦੀ ਭਲਾਈ ਅਤੇ ਸਹਾਇਤਾ ਲਈ ਨਿਯਮਿਤ ਸੰਪਰਕ ਵਿੱਚ ਹੈ। ਮੰਤਰਾਲਾ ਨੇ ਦੱਸਿਆ ਕਿ ਪਿਛਲੇ 2 ਦਿਨਾਂ ਤੋਂ ਢਾਕਾ 'ਚ ਹਾਈ ਕਮਿਸ਼ਨ ਅਤੇ ਚਟਗਾਮ, ਰਾਜਸ਼ਾਹੀ, ਸਿਲਹਟ ਅਤੇ ਖੁਲਨਾ ਵਿੱਚ ਸਹਾਇਕ ਹਾਈ ਕਮਿਸ਼ਨ ਭਾਰਤੀ ਨਾਗਰਿਕਾਂ ਦੀ ਘਰ ਵਾਪਸੀ 'ਚ ਸਹਾਇਤਾ ਕਰ ਰਿਹਾ ਹੈ। ਮਾਨਸਿਕ ਸਿਹਤ ਨੂੰ ਲੈ ਕੇ ਆਲੋਚਨਾਵਾਂ ਦਾ ਸਾਹਮਣਾ ਕਰੇ 81 ਵਰ੍ਹਿਆਂ ਦੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਰਾਸ਼ਟਰਪਤੀ ਚੋਣ 2024 ਲਈ ਉਮੀਦਵਾਰ ਵਜੋਂ ਆਪਣਾ ਨਾਮ ਵਾਪਸ ਲੈਂਦੇ ਆਪਣੀ ਚੋਣ ਮੁਹਿੰਮ ਨੂੰ ਸਮਾਪਤ ਕਰਨ ਦਾ ਐਲਾਨ ਕੀਤਾ ਹੈ। ਉਹਨਾਂ ਨੇ ਦੁਬਾਰਾ ਚੋਣ ਲੜਨ ਤੋਂ ਕਿਨਾਰਾ ਕਰਦਿਆਂ 5 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਡੈਮੋਕਰੇਟਿਕ ਪਾਰਟੀ ਦੇ ਨਵੇਂ ਉਮੀਦਵਾਰ ਵਜੋਂ ਆਪਣਾ ਸਮਰਥਨ ਦਿੱਤਾ ਹੈ। ਬਾਈਡਨ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਉਹ ਪਾਰਟੀ ਅਤੇ ਅਮਰੀਕਾ ਦੇ ਹਿੱਤ ਵਿੱਚ ਕਮਲਾ ਹੈਰਿਸ ਦੇ ਸਮਰਥਨ ਦਾ ਐਲਾਨ ਕਰਦੇ ਨੇ। ਕਮਲਾ ਹੈਰਿਸ 2021 ਤੋਂ ਅਮਰੀਕਾ ਦੀ ਉਪ ਰਾਸ਼ਟਰਪਤੀ ਵਜੋਂ ਸੇਵਾ ਨਿਭਾ ਰਹੇ ਨੇ। ਪੈਰਿਸ ਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਭਾਰਤੀ ਓਲੰਪਿਕ ਸੰਘ ਨੂੰ ਕਰੋੜਾਂ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਜਾਣਕਾਰੀ BCCI ਸਕੱਤਰ ਜੈ ਸ਼ਾਹ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਹੈ। BCCI ਨੇ ਪੈਰਿਸ ਓਲੰਪਿਕ 2024 'ਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਅਥਲੀਟਾਂ ਦੀ IOA ਨੂੰ 8.5 ਕਰੋੜ ਰੁਪਏ ਦਿੱਤੇ ਨੇ। ਪੈਰਿਸ ਓਲੰਪਿਕਸ ਤੋਂ ਭਾਰਤ ਨੂੰ ਕਈ ਮੈਡਲਾਂ ਦੀ ਉਮੀਦ ਹੈ। ਇਸ ਤੋਂ ਪਹਿਲਾਂ 2020 'ਚ ਹੋਈਆਂ ਟੋਕੀਓ ਓਲੰਪਿਕ ਖੇਡਾਂ 'ਚ ਭਾਰਤ ਨੇ ਹੁਣ ਤੱਕ ਸਭ ਤੋਂ ਵੱਧ 7 ਤਮਗੇ ਜਿੱਤੇ ਨੇ। ਨੀਰਜ ਚੋਪੜਾ ਨੇ ਜੁਐਲਿਨ ਥਰੋ ਵਿੱਚ ਸੋਨ ਤਮਗਾ ਜਿੱਤਿਆ ਸੀ।
26 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਪੈਰਿਸ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ 117 ਭਾਰਤੀ ਅਥਲੀਟਾਂ 24 ਹਥਿਆਰਬੰਦ ਬਲਾਂ ਦੇ ਕਰਮਚਾਰੀ ਸ਼ਾਮਲ ਹੋਣਗੇ। ਇਹ ਪ੍ਰਤੀਨਿਧਤਾ ਵਿਸ਼ਵ ਪੱਧਰ ਤੇ ਖੇਡਾਂ ਦੀ ਉਦਮਤਾ ਅਤੇ ਰਾਸ਼ਟਰੀ ਨਿਰਮਾਣ ਪ੍ਰਤੀ ਫੌਜ ਦੀ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ। ਰੱਖਿਆ ਮੰਤਰਾਲਾ ਨੇ ਐਲਾਨ ਕੀਤਾ ਕਿ ਪੈਰਿਸ ਓਲੰਪਿਕ ਦਲ ਵਿੱਚ 22 ਪੁਰਸ਼ ਅਤੇ ਪਹਿਲੀ ਵਾਰ 2 ਮਹਿਲਾ ਸੇਵਾ ਅਥਲੀਟ ਸ਼ਾਮਲ ਹੋ ਰਹੇ ਨੇ। ਇਹਨਾਂ ਓਲੰਪਿਕ ਖੇਡਾਂ 'ਚ ਭਾਰਤੀ ਹਥਿਆਰਬੰਦ ਫੌਜ ਵਿੱਚ ਔਰਤਾਂ ਦੀ ਭਾਗੀਦਾਰੀ ਲਈ ਇੱਕ ਇਤਿਹਾਸਕ ਪਲ ਹੈ। ਦਲ ਦੀ ਅਗਵਾਈ ਕਰ ਰਹੇ ਸੂਬੇਦਾਰ ਨੀਰਜ ਚੋਪੜਾ ਜਵੈਲਿਨ ਸਟਾਰ, ਜਿਸਨੇ 200 ਟੋਕੀਓ ਓਲੰਪਿਕ ਅਤੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਿਆ ਸੀ ਕਰ ਰਹੇ ਨੇ। ਚੋਪੜਾ ਨੇ 223 ਏਸ਼ੀਆਈ ਖੇਡਾਂ, 223 ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਅਤੇ 224 ਪਾਵੋ ਨੂਰਮੀ ਖੇਡਾਂ 'ਚ ਸੋਨ ਤਮਗੇ ਸਮੇਤ ਜਿੱਤਾਂ ਦੀ ਇੱਕ ਪ੍ਰਭਾਵਸ਼ਾਲੀ ਲੜੀ ਦੇ ਬਾਅਦ ਪੈਰਿਸ ਖੇਡਾਂ 'ਚ ਦਾਖਲਾ ਲਿਆ। ਓਲੰਪਿਕ 'ਚ ਫੌਜ ਦੀ ਪ੍ਰਤੀਨਿਧਤਾ ਕਰਨ ਵਾਲੀਆਂ 2 ਔਰਤਾਂ 'ਚ ਅਥਲੀਟ ਵਜੋਂ ਇਤਿਹਾਸ ਰਚਣ ਵਾਲੀਆਂ ਹੌਲਦਾਰ ਜੈਸਮੀਨ ਲੰਬੋਰੀਆ ਨੇ, ਜੋ ਮੁੱਕੇਬਾਜ਼ੀ 'ਚ 222 ਰਾਸ਼ਟਰਮੰਡਲ ਖੇਡਾਂ ਦੀ ਕਾਂਸੇ ਦਾ ਤਮਗਾ ਜੇਤੂ ਹੈ, ਅਤੇ CPU ਰਿਤਿਕਾ ਹੁੱਡਾ, ਜਿਸਨੇ 223 ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ 'ਚ ਕਾਂਸੇ ਦਾ ਤਮਗਾ ਜਿੱਤਿਆ ਸੀ, ਵੀ ਸ਼ਾਮਲ ਹੈ। ਹੋਰ ਪ੍ਰਸਿੱਧ ਪ੍ਰਤੀਯੋਗੀਆਂ 'ਚ ਬਾਕਸਿੰਗ 'ਚ ਸੂਬੇਦਾਰ ਅਮਿਤ ਪੰਗਾਲ, ਸ਼ਾਰਟਪੁੱਟ CPU ਤੇਜਿੰਦਰਪਾਲ ਸਿੰਘ ਤੂਰ, ਅਤੇ 3000 ਮੀਟਰ ਸਟਿਪਲ ਚੇਜ਼ ਵਿੱਚ ਸੂਬੇਦਾਰ ਅਵਿਨਾਸ਼ ਮੁਕੰਦ ਸਾਬਲ ਸ਼ਾਮਲ ਨੇ। 4x400 ਮੀਟਰ ਪੁਰਸ਼ਾਂ ਦੀ ਰਿਲੇਅ ਟੀਮ ਵਿੱਚ CPO ਕੰਸ ਯਹੀਆ ਅਤੇ POGW ਮੁਹੰਮਦ ਅਜਮਲ ਸਮੇਤ ਕਈ ਮੈਂਬਰ ਸ਼ਾਮਲ ਨੇ। ਯੂਕੀ ਪਾਂਬਰੀ ਅਤੇ ਫਰਾਂਸ ਦੇ ਅਲਬਾਨੋ ਅਲਵੈਟੀ ਨੇ ਸਵਿਸ ਓਪਨ ਟੈਨਿਸ ਟੂਰਨਾਮੈਂਟ ਦਾ ਪੁਰਸ਼ ਖਿਤਾਬ ਜਿੱਤ ਲਿਆ। ਫਾਈਨਲ ਯੂਕੀ ਅਤੇ ਅਲਬਾਨੋ ਨੇ ਫਰਾਂਸ ਦੇ ਫੈਬਰਿਸ ਮਾਰਟਿਨ ਅਤੇ ਯੂਗੋ ਹੰਬਰਟ ਨੂੰ ਹਰਾਇਆ। ਉਧਰ ਸਵੀਡਿਸ਼ ਓਪਨ 'ਚ ਪੁਰਤਗਾਲ ਦੇ ਨੂਨੋ ਬੋਰਜਸ ਨੇ ਸਪੇਨ ਦੇ ਰਾਫੇਲ ਨਡਾਲ ਨੂੰ ਹਰਾ ਕੇ ਸਿੰਗਲਸ ਖਿਤਾਬ ਜਿੱਤਿਆ। ਸ਼੍ਰੀਲੰਕਾ ਦੇ ਤੰਬੂਲਾ 'ਚ ਮਹਿਲਾ T20 ਏਸ਼ੀਆ ਕ੍ਰਿਕਟ ਕੱਪ ਦੇ ਗਰੁੱਪ ਏ 'ਚ ਭਾਰਤ ਨੇ UAE ਨੂੰ 78 ਦੌੜਾਂ ਨਾਲ ਹਰਾਇਆ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 5 ਵਿਕਟਾਂ 'ਤੇ 201 ਦੌੜਾਂ ਬਣਾਈਆਂ। ਕਪਤਾਨ ਹਰਮਨਪ੍ਰੀਤ ਕੌਰ ਨੇ ਸਭ ਤੋਂ ਵੱਧ 66 ਦੌੜਾਂ ਦੀ ਪਾਰੀ ਖੇਡੀ, ਜਦਕਿ ਰਿਚਾ ਕੋਸ਼ 29 ਗੇਂਦਾਂ 64 ਦੌੜਾਂ ਬਣਾ ਕੇ ਜੇਤੂ ਰਹੀ। ਇਸਦੇ ਜਵਾਬ 'ਚ UAE ਦੀ ਟੀਮ 7 ਵਿਕਟਾਂ 'ਤੇ 123 ਦੌੜਾਂ ਹੀ ਬਣਾ ਸਕੀ। ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ RNUDDK ਜਲੰਧਰ ਦੇ ਯੂਟਿਊਬ ਚੈਨਲ, ਫੇਸਬੁੱਕ ਪੇਜ ਅਤੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਵੀ ਦੇਖ ਸਕਦੇ ਨੇ। ਤੇ ਬੁਲੇਟਿਨ ਦੇ ਅਖੀਰ ਵਿੱਚ ਚੋਣ ਦੀਆਂ ਖਬਰਾਂ ਇੱਕ ਵਾਰ ਫੇਰ ਤੋਂ। ਸੰਸਦ ਦਾ ਬਜਟ ਇਜਲਾਸ ਅੱਜ ਤੋਂ, ਭਲਕੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕੇਂਦਰੀ ਬਜਟ 224-25 ਕਰਨਗੇ ਪੇਸ਼। ਇਜਲਾਸ 'ਚ ਸਰਕਾਰ ਪੇਸ਼ ਕਰੇਗੀ 6 ਨਵੇਂ ਬਿੱਲ। ਸੁਪਰੀਮ ਕੋਰਟ ਅੱਜ ਨੀਟ ਪ੍ਰੀਖਿਆ 'ਚ ਬੇਨੀਮੀਆਂ ਅਤੇ ਇਸ ਨੂੰ ਰੱਦ ਕਰਨ ਦੀ ਮੰਗ ਵਾਲੀਆਂ ਪਟੀਸ਼ਨਾਂ 'ਤੇ ਕਰੇਗਾ ਸੁਣਵਾਈ। ਬੰਗਲਾਦੇਸ਼ ਵਿੱਚ ਹਿੰਸਕ ਪ੍ਰਦਰਸ਼ਨਾਂ ਦੌਰਾਨ ਹੁਣ ਤੱਕ 4,500 ਤੋਂ ਵੱਧ ਭਾਰਤੀ ਵਿਦਿਆਰਥੀ ਪਰਤੇ ਦੇਸ਼। ਛੱਬੀ ਜੁਲਾਈ ਤੋਂ ਸ਼ੁਰੂ ਹੋਣ ਵਾਲੇ ਪੈਰਿਸ ਓਲੰਪਿਕ ਵਿੱਚ 24 ਹਥਿਆਰਬੰਦ ਬਲਾਂ ਦੇ ਕਰਮਚਾਰੀਆਂ ਸਮੇਤ 117 ਭਾਰਤੀ ਅਥਲੀਟ ਹੋਣਗੇ ਸ਼ਾਮਲ। ਮਹਿਲਾ T20 ਏਸ਼ੀਆ ਕ੍ਰਿਕਟ ਕੱਪ 'ਚ ਭਾਰਤ ਨੇ UAE ਨੂੰ 78 ਦੌੜਾਂ ਨਾਲ ਹਰਾਇਆ। ਅਤੇ ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਨਮਸਕਾਰ।